ਪੀਡੀਸੀ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ, ਮੈਂ ਹਰਮਿੰਦਰ ਸਿੰਘ ਮੋਂਗਾ। ਅਸੀਂ ਇਸ ਵੇਲੇ ਮੌਜੂਦ ਹਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਬਾਰ ਬਾਰ ਧਾਰਨ ਵਾਲੀ ਨਹਿਰ ਦੇ ਕੋਲ, ਜਿੱਥੇ ਅੱਜ ਪੁਲਿਸ ਵੱਲੋਂ ਮੁੱਠਭੇੜ ਤੋਂ ਬਾਅਦ ਇੱਕ ਗੈਂਗਸਟਰ ਨੂੰ ਹਲਾਕ ਕੀਤਾ ਗਿਆ। ਤੋ ਇਹ ਤਸਵੀਰਾਂ ਉਸ ਜਗ੍ਹਾ ਦੀਆਂ ਨੇ ਜਿੱਥੇ ਅੰਮ੍ਰਿਤਪਾਲ ਅਮਰੀ ਨਾਮੀ ਗੈਂਗਸਟਰ, ਜੋ ਕਿ ਹੈਪੀ ਗੈਂਗ ਦਾ ਹਿੱਸਾ ਦੱਸਿਆ ਜਾ ਰਿਹਾ, ਹੈਪੀ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ। ਸਭ ਤੋਂ ਪਹਿਲਾਂ ਤਸਵੀਰ ਸਾਂਝੀ ਕਰਾਂਗੇ, ਸਾਹਮਣੇ ਗੱਡੀਆਂ ਦਾ ਕਾਫਲਾ ਖੜ੍ਹਾ ਹੋਇਆ ਨਜ਼ਰ ਆ ਰਿਹਾ, ਉਹ ਜਗ੍ਹਾ ਜਿੱਥੇ ਅੱਜ ਐਨਕਾਊਂਟਰ ਹੋਇਆ। ਤੋ ਇਸ ਘਟਨਾ ਦੀ ਜਾਣਕਾਰੀ ਜੋ ਹੈ ਹੁਣ ਤੱਕ ਸਾਨੂੰ ਹਾਸਲ ਹੋਈ ਹੈ SSP ਦਿਹਾਤੀ ਅੰਮ੍ਰਿਤਸਰ ਸਿੰਦਰ ਸਿੰਘ ਹਰਾ ਪਾਸੋਂ। ਅੰਮ੍ਰਿਤਪਾਲ ਅਮਰੀ, ਜਿਸ ਦੀ ਪੁਲਿਸ ਨੂੰ ਲੰਬੇ ਸਮੇਂ ਤੋਂ ਭਾਲ ਸੀ, ਜਿਸ ਵੱਲੋਂ ਚਾਰ ਵੱਖ ਵੱਖ ਮਾਮਲਿਆਂ ਵਿੱਚ ਲੋਕਾਂ ਦੇ ਕਤਲ ਜਿਹੜਾ ਕੀਤਾ ਗਿਆ ਸੀ, ਇਸ ਤੋਂ ਇਲਾਵਾ ਉਸਦੇ ਖਿਲਾਫ਼ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵੀ ਦਰਜ ਸਨ, ਲੰਬੇ ਸਮੇਂ ਤੋਂ ਪੁਲਿਸ ਉਸਦੀ ਭਾਲ ਕਰ ਰਹੀ ਸੀ। ਤੋ ਬੀਤੀ ਸ਼ਾਮ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਡਿਊਰਿੰਗ ਇੰਟੈਰੋਗੇਸ਼ਨ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਦੌਰਾਨ ਉਸ ਵੱਲੋਂ ਇਨਸਕਾਫ ਕੀਤਾ ਗਿਆ ਸੀ ਕਿ ਉਸ ਵੱਲੋਂ ਇਸ ਨਹਿਰ ਦੇ ਕੋਲ 2 ਕਿਲੋ ਹੀਰੋਇਨ ਜਿਹੜੀ ਲੁਕੋ ਕੇ ਰੱਖੀ ਗਈ ਹੈ। ਤਾਂ ਅੱਜ ਸਵੇਰੇ ਪੁਲਿਸ ਉਸ ਨੂੰ ਲੈ ਕੇ ਇੱਥੇ ਪਹੁੰਚੀ ਸੀ, ਬਿਲਕੁਲ ਜਿੱਥੇ ਸਾਹਮਣੇ ਗੱਡੀਆਂ ਦਾ ਕਾਫਲਾ ਖੜ੍ਹਾ ਹੋਇਆ ਨਜ਼ਰ ਆ ਰਿਹਾ। ਇਸ ਨਹਿਰ ਦੇ ਨਾਲ ਇਹ ਪਗਡੰਡੀ ਹੈ, ਤੋ ਇਸ ਦੇ ਸਾਈਡ 'ਤੇ ਜਿਹੜੀ ਜਿੱਥੇ ਝਾੜੀਆਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਇਸ ਜਗ੍ਹਾ 'ਤੇ ਉਸ ਗੱਡੀਆਂ ਦੇ ਬਰਾਬਰ ਉੱਥੇ 2 ਕਿਲੋ ਹੀਰੋਇਨ ਜਦੋਂ ਬਰਾਮਦ ਕੀਤੀ ਗਈ, ਤਾਂ ਉਸ ਗੈਂਗਸਟਰ ਅੰਮ੍ਰਿਤਪਾਲ ਅਮਰੀ ਵੱਲੋਂ ਉੱਥੇ ਇੱਕ 9 mm ਦਾ ਪਿਸਟਲ ਜਿਹੜਾ ਉਹ ਵੀ ਲੁਕੋ ਕੇ ਰੱਖਿਆ ਗਿਆ ਸੀ, ਜਿਸ ਚੱਲਦਿਆਂ ਉਸ ਵੱਲੋਂ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਗਈ। ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਹਾਲਾਂਕਿ ਖੁਸ਼ਕਿਸਮਤੀ ਦੇ ਨਾਲ ਉਸਦੀ ਹਾਲਤ ਸਥਿਰ ਹੈ, ਖਤਰੇ ਤੋਂ ਬਾਹਰ ਹੈ, ਅੰਮ੍ਰਿਤਸਰ ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਔਰ ਇੱਕ ਹੋਰ ਮੁਲਾਜ਼ਮ ਨੂੰ ਵੀ ਗੋਲੀ ਲੱਗੀ, ਜਦਕਿ ਉਹ ਵਾਲ ਬਚਿਆ, ਗੋਲੀ ਉਸਦੀ ਪੱਗ 'ਚੋਂ ਲੰਘਦੀ ਹੋਈ ਜਿਹੜੀ ਇਹ ਨਿਕਲ ਗਈ। ਤੋ ਇਸ ਤੋਂ ਬਾਅਦ ਪੁਲਿਸ ਵੱਲੋਂ ਸੈਲਫ ਡਿਫੈਂਸ ਦੇ ਦੌਰਾਨ ਜਿਹੜੀ ਹੈ ਜਵਾਬੀ ਗੋਲੀ ਚਲਾਈ ਗਈ, ਜਿਸ ਦੇ ਵਿੱਚ ਉਹ ਗੈਂਗਸਟਰ ਅੰਮ੍ਰਿਤਪਾਲ ਅਮਰੀ, ਜੋ ਜੰਡਿਆਲਾ ਗੁਰੂ ਦੇ ਭਗਵਾਂ ਪਿੰਡ ਦਾ ਹੀ ਰਹਿਣ ਵਾਲਾ ਹੈ, 22 ਸਾਲ ਦੀ ਉਮਰ ਦੱਸੀ ਜਾ ਰਹੀ ਹੈ, ਪਰ ਅਨੇਕਾਂ ਕਤਲਾਂ ਦੇ ਤਸਕਰੀ ਦੇ ਮਾਮਲੇ ਉਸਦੇ ਖਿਲਾਫ਼ ਦਰਜ ਸਨ। ਤੋ ਉਸਨੂੰ ਅੱਜ ਹਲਾਕ ਕਰ ਦਿੱਤਾ ਗਿਆ, ਹੈਪੀ ਜੱਟ ਗੈਂਗ ਦਾ ਇਹ ਮੈਂਬਰ ਦੱਸਿਆ ਜਾ ਰਿਹਾ। ਅੱਜ 2 ਕਿਲੋ ਹੀਰੋਇਨ, 9 mm ਪਿਸਟਲ ਅਤੇ 30 ਬੋਰ ਦੇ ਜਿਹੜੇ ਰਾਊਂਡ ਹੈ ਉਹ ਬਰਾਮਦ ਕੀਤੇ ਗਏ ਨੇ। ਉਸ ਤੋਂ ਬਾਅਦ ਪੁਲਿਸ ਹੁਣ ਉਸਦੇ ਸਾਥੀਆਂ ਦੀ ਭਾਲ ਦੇ ਲਈ ਵੱਖ ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਤੋ ਹੈਪੀ ਗੈਂਗ ਦਾ ਜੋ ਹੈਪੀ ਜੱਟ ਗੈਂਗ ਦਾ ਜੋ ਸਰਗਨਾ ਹੈਪੀ ਹੈ, ਉਹ ਵੀ ਜੰਡਿਆਲਾ ਗੁਰੂ ਹਲਕੇ ਨਾਲ ਹੀ ਸੰਬੰਧਿਤ ਹੈ, ਔਰ ਲੰਬੇ ਸਮੇਂ ਤੋਂ ਪੁਲਿਸ ਉਸਦੀ ਭਾਲ 'ਚ। ਹਾਲਾਂਕਿ ਇਸ ਦੇ ਕੁਝ ਸਾਥੀ ਦੱਸਿਆ ਜਾ ਰਿਹਾ ਕਿ ਭਾਰਤ ਤੋਂ ਬਾਹਰ ਵੱਖ ਵੱਖ ਦੇਸ਼ਾਂ ਵਿੱਚ ਲੁਕੇ ਹੋਏ ਨੇ, ਰਹਿ ਰਹੇ ਨੇ, ਔਰ ਪੁਲਿਸ ਦੀ ਪਕੜ ਤੋਂ ਕਿਤੇ ਨਾ ਕਿਤੇ ਬਾਹਰ ਨਜ਼ਰ ਆ ਰਹੇ ਨੇ। ਪਰ ਪੁਲਿਸ ਹੁਣ ਬੜੀ ਸਖਤੀ ਦੇ ਨਾਲ ਇਸ ਗੈਂਗ ਦੇ ਹੋਰਨਾਂ ਗੁਰਗਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੋ ਹੁਣ ਇੱਕ ਜਿਹੜੀ ਵੈਨ ਹੁਣੇ ਗਈ ਹੈ, ਉਹ ਉਸਦੇ ਵਿੱਚ ਇਸ ਗੈਂਗਸਟਰ ਦੀ ਡੈੱਡ ਬੋਡੀ ਜਿਹੜੀ ਉੱਥੋਂ ਲਿਆਂਦੀ ਜਾਣੀ ਹੈ। ਤੋ ਇਹ ਲਾਈਵ ਤਸਵੀਰਾਂ ਅਸੀਂ ਜੰਡਿਆਲਾ ਗੁਰੂ ਦੇ ਬਾਰ ਬਾਰ ਵੈਰੋਵਾਲ ਰੋਡ 'ਤੇ ਸਥਿਤ ਧਾਰੜ ਦੇ ਨੇੜੇ ਜਿਹੜਾ ਨਹਿਰ ਦੇ ਪਗਡੰਡੀ ਹੈ ਉਸ ਦੀਆਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਅੱਜ ਸਵੇਰੇ ਮੁਕਾਬਲਾ ਕੀਤਾ ਗਿਆ, ਜਿਸ ਦੇ ਵਿੱਚ ਗੈਂਗਸਟਰ ਅੰਮ੍ਰਿਤਪਾਲ ਅਮਰੀ ਢੇਰ ਕਰ ਦਿੱਤਾ ਗਿਆ। ਤੋ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਮੰਨਾਂਗੇ, ਕਿਉਂਕਿ ਕਾਫੀ ਕੇਸਾਂ ਦੇ ਵਿੱਚ ਲੋੜੀਂਦਾ ਸੀ, ਹੁਣ ਤੱਕ 4 ਲੋਕਾਂ ਦਾ ਕਤਲ ਕਰ ਚੁੱਕਿਆ ਸੀ, ਇਸ ਤੋਂ ਇਲਾਵਾ ਨਸ਼ੇ ਦੀ ਤਸਕਰੀ ਦੇ ਵੀ ਅਨੇਕਾਂ ਮਾਮਲੇ ਇਸ ਦੇ ਉੱਪਰ ਦਰਜ ਸਨ। ਬੜੀ ਹੈਰਾਨੀ ਦੀ ਗੱਲ ਹੈ ਕਿ ਸਿਰਫ ਮਹਿਜ਼ 22 ਸਾਲ ਦੀ ਉਮਰ ਦੇ ਵਿੱਚ ਇਸ ਦੇ ਖਿਲਾਫ਼ ਇੰਨੇ ਮਾਮਲੇ ਦਰਜ ਸਨ, ਔਰ ਲਗਾਤਾਰ ਇਹ ਸਰਗਰਮ ਸੀ, ਵੱਖ ਵੱਖ ਗਤੀਵਿਧੀਆਂ ਇਸਦੀਆਂ ਜਿਹੜੀਆਂ ਜਾਰੀ ਸਨ। ਤੋ ਕੱਲ੍ਹ ਇਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਇੱਥੇ ਰਿਕਵਰੀ ਦੇ ਲਈ ਲਿਆਂਦਾ ਰਿਹਾ ਸੀ, ਜਿੱਥੇ ਇਸ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ।
ਤੋ ਇੱਕ ਵਾਰ ਮੋਬਾਈਲ ਫੋਰੈਂਸਿਕ ਵੈਨ ਜਿਹੜੀ ਸਾਹਮਣੇ ਖੜ੍ਹੀ ਹੋਈ ਨਜ਼ਰ ਆ ਰਹੀ ਹੈ, ਤੋ ਫੋਰੈਂਸਿਕ ਟੀਮ ਵੀ ਇੱਥੇ ਪਹੁੰਚ ਚੁੱਕੀ ਹੈ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਲਈ। ਪੰਜਾਬ ਪੁਲਿਸ ਦੇ ਵੱਖ ਵੱਖ ਵਿੰਗ ਇੱਥੇ ਮੌਜੂਦ ਨੇ, SSP ਦਿਹਾਤੀ ਸਤਿੰਦਰ ਸਿੰਘ ਇੱਥੇ ਮੌਜੂਦ ਨੇ, ਸੀਨੀਅਰ ਅਧਿਕਾਰੀ ਇੱਥੇ ਮੌਜੂਦ ਨੇ ਔਰ ਵੱਡੀ ਗਿਣਤੀ 'ਚ ਪੁਲਿਸ ਦੇ ਜਵਾਨ ਮੌਜੂਦ ਨੇ। ਇਲਾਕਾ ਨਿਵਾਸੀ ਬਹੁਤ ਇੱਥੇ ਖੜ੍ਹੇ ਹੋਏ ਨਜ਼ਰ ਆ ਰਹੇ ਨੇ, ਉਹਨਾਂ ਤੋਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸੇ ਵੱਲੋਂ ਇਸ ਘਟਨਾ ਨੂੰ ਦੇਖਿਆ ਗਿਆ। ਭਾਈ ਇੱਥੇ ਸੀ ਜਦੋਂ ਗੋਲੀ ਗੋਲੀ ਚੱਲੀ ਹੈ? ਤੋ ਅਸੀਂ ਚਸ਼ਮਦੀਦ ਗਵਾਹ ਦੇਖਣ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਸਾਹਮਣੇ ਇੱਕ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ, ਤੋ ਹੋ ਸਕਦਾ ਉਹਨਾਂ ਵੱਲੋਂ ਇਸ ਘਟਨਾ ਬਾਰੇ ਕੋਈ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾ ਸਕੇ, ਕਿਉਂਕਿ ਘਟਨਾ ਸਵੇਰੇ 9 ਵਜੇ ਵਾਪਰੀ ਦੱਸੀ ਜਾ ਰਹੀ ਹੈ। ਬਾਬਾ ਜੀ ਤੁਸੀਂ ਇੱਥੇ ਸੀ ਉਦੋਂ ਸਵੇਰੇ 9 ਵਜੇ ਤੋਂ ਗੋਲੀ ਚੱਲੀ ਇੱਥੇ ਸੀ? ਇੱਥੇ ਮੈਂ ਖਲੋਤਾ ਆ ਕੇ ਝਾੜੂ ਮਾਰ ਡਿਆ, ਭਾਜੀ ਨੂੰ ਵੀ ਇੱਥੇ ਸੀ ਅਤੇ ਉਦੋਂ ਇੱਥੇ ਪੁਲਿਸ ਦੀਆਂ ਗੱਡੀਆਂ ਗਈਆਂ। ਹਾਂਜੀ ਉਦੋਂ ਗੋਲੀ ਬਾਤ ਸੁਣੀ? ਹਾਂ ਆਹੀ ਗੋਲੀ ਦੀ ਆਵਾਜ਼ ਤਾਂ ਆਈ, ਪੁਲਿਸ ਗੱਡੀਆਂ ਗਈਆਂ ਨਾ ਉਹ ਤੋਂ ਬਾਅਦ। ਮੈਂ ਟਾਈਮ ਦਾ ਪਤਾ ਨਹੀਂ, 8-9 ਹਾਂਜੀ ਹਾਂਜੀ ਇੰਨਾ ਕੁ ਹੈਗਾ। ਕਾਫੀ ਪੁਲਿਸ ਆਈ ਹੋਣੀ, ਕਾਫੀ ਗੱਡੀਆਂ? ਹਾਂਜੀ ਗਈਆਂ ਗੱਡੀਆਂ ਬਾਬਾ। ਕਹਿੰਦੇ ਗੈਂਗਸਟਰ ਮਾਰਤਾ ਤੁਹਾਡੇ ਇਲਾਕੇ ਦਾ ਹੀ ਸੀਗਾ? ਪਤਾ ਨਹੀਂ ਜੀ, ਆਪਾਂ ਨੂੰ ਇਸ ਬਾਰੇ ਨਹੀਂ ਪਤਾ। ਨਹੀਂ ਆਪਾਂ ਨੂੰ ਇਸ ਬਾਰੇ ਨਹੀਂ ਪਤਾ, ਮੈਂ ਤਾਂ ਇੱਥੇ ਬੈਠਾ ਤੇ ਮੁਲਾਜ਼ਮ ਆਏ ਭਾਜੀ ਗੱਡੀਆਂ ਲੈ ਕੇ। ਹਾਂਜੀ ਤੇ ਉਦੋਂ ਫਿਰ ਇੱਧਰ ਨੂੰ ਗਏ ਜਦੋਂ ਉਦੋਂ ਆਵਾਜ਼ ਆਈ ਗੋਲੀਆਂ। ਤੋ ਇਹ ਪਿੰਡ ਤਸਵੀਰਾਂ ਜੰਡਿਆਲਾ ਗੁਰੂ ਦੇ ਨੇੜੇ ਧਾਰੜ ਕੋਲ ਨਹਿਰ ਦੀਆਂ ਨੇ, ਧਾਰੜ ਵਾਲੀ ਨਹਿਰ ਦੱਸਿਆ ਜਾਂਦਾ, ਜਿੱਥੇ ਅੱਜ ਮੁਕਾਬਲੇ ਵਿੱਚ ਇੱਕ ਗੈਂਗਸਟਰ ਨੂੰ ਢੇਰ ਕਰ ਦਿੱਤਾ ਗਿਆ। ਪੁਲਿਸ ਦੀ ਇੱਕ ਥਿਊਰੀ ਹੈ, ਮੋਹਾਲੀ 'ਚ ਜੋ ਮੁਕਾਬਲਾ ਹੋਇਆ ਉਸ 'ਚ ਵੀ ਇਹੀ ਥਿਊਰੀ ਦੱਸੀ ਗਈ ਕਿ ਬਰਾਮਦਗੀ ਮੌਕੇ ਗੈਂਗਸਟਰ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਹੈਰੋਇਨ ਦੇ ਨਾਲ ਲੁਕੋ ਕੇ ਰੱਖਿਆ ਗਿਆ, ਪਿਸਟਲ ਵਰਤਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਹੀ ਥਿਊਰੀ ਜਿਹੜੀ ਇੱਥੇ ਦੱਸੀ ਜਾ ਰਹੀ ਹੈ ਕਿ 2 ਕਿਲੋ ਹੈਰੋਇਨ ਜ਼ਰੂਰ ਬਰਾਮਦ ਕੀਤੀ ਗਈ, ਪਰ ਉਸਦੇ ਨਾਲ 9 mm ਦਾ ਪਿਸਟਲ ਜਿਹੜਾ ਇੱਕ ਵਿਦੇਸ਼ੀ ਪਿਸਟਲ ਉਹ ਵੀ ਲੁਕੋ ਕੇ ਰੱਖਿਆ ਗਿਆ ਸੀ ਔਰ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਗਈ ਸੀ। ਹਾਲਾਂਕਿ ਇਸ ਥਿਊਰੀ 'ਤੇ ਸਵਾਲ ਚੱਕੇ ਜਾਣੇ ਸੁਭਾਵਕ ਨੇ, ਕਿਉਂਕਿ ਗੈਂਗਸਟਰ ਦੇ ਉਸ ਵੇਲੇ ਹੱਥਕੜੀ ਪਾਈ ਹੋਈ ਸੀ ਔਰ ਹੱਥਕੜੀ ਪਾਏ ਹੋਣ ਦੇ ਬਾਵਜੂਦ ਕੜੇ ਪੁਲਿਸ ਅਤੇ ਸੁਰੱਖਿਆ ਪ੍ਰਬੰਧਾਂ ਦੇ ਹੇਠ, ਪੁਲਿਸ ਦੇ ਸਖਤ ਪਹਿਰੇ ਦੇ ਹੇਠ ਹੈਰੋਇਨ ਦੇ ਨਾਲ ਨਾਲ ਪਿਸਟਲ ਬਰਾਮਦ ਕੀਤਾ ਜਾਣਾ ਔਰ ਗੋਲੀ ਚਲਾ ਦਿੱਤੀ ਜਾਣੀ ਪੁਲਿਸ 'ਤੇ। ਜ਼ਰੂਰ ਸ਼ੰਕੇ ਖੜ੍ਹੇ ਹੁੰਦੇ ਪੁਲਿਸ ਦੀ ਇਸ ਥਿਊਰੀ 'ਤੇ, ਪਰ ਕਿਉਂਕਿ ਅਧਿਕਾਰੀਆਂ ਵੱਲੋਂ ਇਹ ਸਿੱਧੇ ਤੌਰ 'ਤੇ ਇਸ਼ਾਰਾ ਕੀਤਾ ਗਿਆ ਅਤੇ ਹੁਣ ਗੈਂਗਸਟਰਸ ਦੀ ਖੈਰ ਨਹੀਂ, ਉਹ ਗੈਂਗਸਟਰ ਜੋ ਪੰਜਾਬ ਦੇ ਹਾਲਾਤ ਖਰਾਬ ਕਰ ਰਹੇ ਨੇ, ਲੋਕਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੇ ਨੇ, ਗੈਂਗਸਟਰ ਕਲਚਰ ਬਹੁਤ ਤੇਜ਼ੀ ਦੇ ਨਾਲ ਜਿਹੜਾ ਵੱਧ ਰਿਹਾ, ਜੋ ਪੁਲਿਸ ਦੇ ਲਈ ਵੱਡੀ ਚੁਣੌਤੀ ਹੈ, ਪੰਜਾਬ ਦੇ ਲਈ ਵੱਡੀ ਚਿੰਤਾ ਹੈ। ਤੋ ਉਸ ਦਿਸ਼ਾ ਦੇ ਵਿੱਚ ਅੱਜ ਇੱਕ ਚੰਗੀ ਕਾਮਯਾਬੀ ਦਾ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਹਾਸਿਲ ਹੋਈ ਹੈ। ਹੁਣ ਉਸ ਗੈਂਗਸਟਰ ਬਿਲਕੁਲ ਸਾਹਮਣੇ ਉਹ ਜਗ੍ਹਾ ਜਿੱਥੇ ਮੁਕਾਬਲਾ ਸਵੇਰੇ ਜਿਹੜਾ ਹੋਇਆ ਦੱਸਿਆ ਜਾ ਰਿਹਾ, ਜਿੱਥੇ ਰਿਕਵਰੀ ਦੇ ਲਈ ਉਸ ਗੈਂਗਸਟਰ ਨੂੰ ਲਿਆਂਦਾ ਗਿਆ ਸੀ, ਜਿਸ ਵੱਲੋਂ 2 ਕਿਲੋ ਹੈਰੋਇਨ ਬਰਾਮਦ ਕਰਾਈ ਗਈ ਤਾਂ ਹੈਰੋਇਨ ਦੇ ਨਾਲ ਲੁਕੋ ਕੇ ਰੱਖੇ ਗਏ ਪਿਸਟਲ ਦੇ ਨਾਲ ਇੱਕ ਪੁਲਿਸ ਅਧਿਕਾਰੀ 'ਤੇ ਗੋਲੀ ਚਲਾਈ ਗਈ, ਜੋ ਕਿ ਉਸਦੇ ਪੱਟ ਦੇ ਵਿੱਚ ਲੱਗੀ ਔਰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ।
ਤੇ ਹੁਣ ਪੁਲਿਸ ਵੱਲੋਂ ਹੈਪੀ ਜੱਟ ਗੈਂਗ ਦੇ ਇਸ ਮੈਂਬਰ ਅੰਮ੍ਰਿਤਪਾਲ ਅਮਰੀ ਦੇ ਹੋਰਨਾਂ ਜਿਹੜੇ ਸੰਪਰਕ ਨੇ ਜੋ ਇਸ ਗੈਂਗ ਨਾਲ ਜੁੜੇ ਹੋਏ ਹੋਰ ਲੋਕ ਨੇ ਉਹਨਾਂ ਦੀ ਭਾਲ ਕਰਕੇ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਅਮਰਿੰਦਰ ਸਿੰਘ ਮੋਂਗਾ, PTC ਨਿਊਜ਼, ਜੰਡਿਆਲਾ, ਗੁਰੂ।